ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਸੜਕ ਦੇ ਕਿਨਾਰੇ ਤੇ ਜਾ ਕੇ ਪਲਟ ਗਈ। ਗੰਗਾ ਇਸ਼ਨਾਨ ਕਰਨ ਜਾ ਰਹੇ ਸੀ ਸ਼ਰਧਾਲੂ। ਹਾਦਸੇ ਦੇ ਵਿੱਚ ਦਰਜਨ ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਸ ਦੇ ਡਰਾਈਵਰ ਤੇ ਨਸ਼ਾ ਕਰਕੇ ਬੱਸ ਚਲਾਉਣ ਦੇ ਇਲਜ਼ਾਮ ਲੱਗੇ ਨੇ। ਸ਼ਰਧਾਲੂਆਂ ਨੇ ਚੀਕ ਚਿਹਾੜਾ ਪਾ ਦਿੱਤਾ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਬੁਰੇ ਫਸੇ ਸ਼ਰਧਾਲੂਆਂ ਦਾ ਰੈਸਕਿਊ ਕੀਤਾ। ਤਸਵੀਰਾਂ ਹਾਥਰਸ ਦੀਆਂ ਨੇ। ਕਛਲਾ ਘਾਟ ਤੇ ਇਹ ਸ਼ਰਧਾਲੂ ਇਸ਼ਨਾਨ ਕਰਨ ਦੇ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਬੱਸ ਸੜਕ ਦੇ ਕਿਨਾਰੇ ਤੇ ਜਾ ਕੇ ਪਲਟ ਗਈ। ਚੀਕ ਚਿਹਾੜਾ ਪੈ ਗਿਆ। ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਆਲੇ ਦੁਆਲੇ ਖੜੇ ਲੋਕ ਵੀ ਭੱਜ ਕੇ ਆ ਗਏ, ਜਿਨ੍ਹਾਂ ਨੇ ਪਲਟੀ ਹੋਈ ਬੱਸ ਦੇ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਨਜ਼ਦੀਕ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਥਰਸ ਦੀ ਇਹ ਘਟਨਾ, ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਰਧਾਲੂਆਂ ਦੀ ਬੱਸ ਜਾ ਰਹੀ ਸੀ ਤਾਂ ਬੱਸ ਦੇ ਡਰਾਈਵਰ ਤੇ ਨਸ਼ਾ ਕਰਕੇ ਬੱਸ ਚਲਾਉਣ ਦੇ ਇਲਜ਼ਾਮ ਲੱਗੇ ਨੇ। ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਸੜਕ ਦੇ ਕਿਨਾਰੇ ਤੇ ਜਾ ਕੇ ਪਲਟ ਗਈ। ਗੰਗਾ ਇਸ਼ਨਾਨ ਕਰਨ ਜਾ ਰਹੇ ਸੀ ਸ਼ਰਧਾਲੂ। ਹਾਦਸੇ ਦੇ ਵਿੱਚ ਦਰਜਨ ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਸ ਦੇ ਡਰਾਈਵਰ ਤੇ ਨਸ਼ਾ ਕਰਕੇ ਬੱਸ ਚਲਾਉਣ ਦੇ ਇਲਜ਼ਾਮ ਲੱਗੇ ਨੇ। ਸ਼ਰਧਾਲੂਆਂ ਨੇ ਚੀਕ ਚਿਹਾੜਾ ਪਾ ਦਿੱਤਾ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਬੁਰੇ ਫਸੇ ਸ਼ਰਧਾਲੂਆਂ ਦਾ ਰੈਸਕਿਊ ਕੀਤਾ। ਤਸਵੀਰਾਂ ਹਾਥਰਸ ਦੀਆਂ ਨੇ। ਕਛਲਾ ਘਾਟ ਤੇ ਇਹ ਸ਼ਰਧਾਲੂ ਇਸ਼ਨਾਨ ਕਰਨ ਦੇ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਬੱਸ ਸੜਕ ਦੇ ਕਿਨਾਰੇ ਤੇ ਜਾ ਕੇ ਪਲਟ ਗਈ। ਚੀਕ ਚਿਹਾੜਾ ਪੈ ਗਿਆ। ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਆਲੇ ਦੁਆਲੇ ਖੜੇ ਲੋਕ ਵੀ ਭੱਜ ਕੇ ਆ ਗਏ, ਜਿਨ੍ਹਾਂ ਨੇ ਪਲਟੀ ਹੋਈ ਬੱਸ ਦੇ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ। ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਨਜ਼ਦੀਕ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਾਥਰਸ ਦੀ ਇਹ ਘਟਨਾ, ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਰਧਾਲੂਆਂ ਦੀ ਬੱਸ ਜਾ ਰਹੀ ਸੀ ਤਾਂ ਬੱਸ ਦੇ ਡਰਾਈਵਰ ਤੇ ਨਸ਼ਾ ਕਰਕੇ ਬੱਸ ਚਲਾਉਣ ਦੇ ਇਲਜ਼ਾਮ ਲੱਗੇ ਨੇ।